Hi guys, hope you guys are doing good. और आज हम निकले हैं जी पंजाब स्ट्रीट फूड एक्सप्लोरेशन पे, और जो पहली जगह पंजाब स्ट्रीट एक्सप्लोर करने की है ना, उसमें हम जा रहे हैं रूस। ज्यादा टाइम ना बर्बाद करते हुए रूस चलते हैं। मेरा जो नाम है ना, ये वर्ल्ड दे विच एक नाम आया कहिंदा दुनिया च रूस। ये जिहड़े जिद्दन तो उदों शुरू कीते आ, जिद्दन तो 54 साल पहले यही समोसे जो यही बने, यही टेस्ट। ਇਹ 40 ਪੈਸਿਆਂ ਦੇ ਦੋ ਸਮੋਸੇ ਸੀ ਅਤੇ ਨਵੇਂ 20 ਪੈਸੇ ਜਿਹੜੇ ਹੁੰਦੇ ਆ ਜਦ ਸ਼ੁਰੂ ਕੀਤਾ ਸੀ। ਹਾਂ, ਜਦੋਂ ਸ਼ੁਰੂ ਬਾਅਦ ਹੋਇਆ ਨਾ ਅਤੇ ਰੁਪਈਏ ਦੇ 5 ਸਮੋਸੇ ਸੀ। ਅਸੀਂ ਸਾਰੀ ਦਿਹਾੜੀ ਨਾ ਇੱਥੇ ਸੇਲ ਕਰਕੇ ਕੀ, ਸਿਰਫ ਦੂਜੇ ਨੋਟ ਨਾਲ ਅਸੀਂ ਹੁੰਦੇ ਪਾਨ ਇਕੱਠੀ ਹੋਣੀ, ਪਾਨ ਦਾ ਹੀ ਸਮਾਨ ਲੈਣਾ। ਜਦ 20 ਪੈਸੇ ਦਾ ਸਮੋਸਾ ਹੋਣਾ ਤਾਂ ਫਿਰ ਉਹ ਤਾਂ 10 ਨੋਟ ਉੱਤੋਂ ਆ ਜੂ, ਉੱਤੋਂ ਖਤਮ ਹੋ ਚੁੱਕਾ। ਜਿਸੇ ਵੀ 11 ਵਜੇ ਆਉਂਦੇ ਨਾ ਇੱਥੇ, ਲੋਕ ਆਣ ਕੇ ਇੰਤਜ਼ਾਰ ਕਰਦੇ ਹੁੰਦੇ, ਬੈਠੇ ਹੁੰਦੇ ਆ। ਇਹ ਛੋਲੇ ਨਾ ਜਿਹੜੇ ਇਹ ਮੈਂ ਲਾਉਣਾ ਇਹਦੇ ਵਿੱਚ, ਇਹ ਪਹਿਲਾਂ ਕੜਾਹੀ ਦੇ ਵਿੱਚ ਬਣਦੇ ਆ, ਉੱਥੋਂ ਬਣ ਕੇ ਬਾਅਦ ਇਹਨਾਂ ਨੂੰ ਮਸਾਲਾ ਲਾਇਆ ਜਾਂਦਾ। ਉਦੋਂ ਬਾਅਦ ਮੈਂ ਇਹਨੂੰ ਤਵੇ ਉੱਥੋਂ ਕੜਾਹੀ 'ਚੋਂ ਕੱਢ ਕੇ ਤਾਂ ਮੈਂ ਪਰਾਂ ਦੇ ਵਿੱਚ ਲਾਉਣਾ ਪਿੱਤਲ ਦੀ ਸ਼ੁਰੂ ਤੋਂ ਹੀ। ਹਾਂਜੀ, ਹਾਂ ਸ਼ੁਰੂ ਤੋਂ ਹੀ ਚੱਲਦੀ ਆ ਰਹੀ, ਪਿੱਤਲ ਦੀ ਪਰਾਂ ਨਹੀਂ ਛੱਡੀ ਆ ਜੀ। ਪਿੱਤਲ ਦੀ ਪਰਾਂ ਤਾਂ ਸਾਰਾ ਕੁਛ ਉਹ ਵੀ ਪਿੱਤਲ ਦੀ ਆ, ਸਾਰਾ ਕੁਛ ਜ਼ਿਆਦਾ ਸਮਾਨ ਸਭ ਇੱਦਾਂ ਦਾ ਦੇਸੀ ਸਮਾਨ ਸਾਰਾ। ਅਤੇ ਜਿਹੜਾ ਸਾਡਾ ਇਹ ਬਣਦਾ ਨਾ ਸਮਾਨ, ਇਹ ਸਿਰਫ ਕੋਲੇ 'ਤੇ ਨਹੀਂ, ਕਾਫੀ ਕਿੱਕਰ ਦੀ ਲੱਕੜ 'ਤੇ ਬਣਦਾ ਇਹ। ਹਾਂਜੀ, ਇੱਕ ਪਲੇਟ 'ਚ ਦੋ ਪੀਸ ਹੁੰਦੇ ਜੀ ਸਮੋਸੇ ਦੇ? ਹਾਂਜੀ ਹਾਂਜੀ, ਦੋ। ਅੱਛਾ, ਇਹ ਹਾਫ ਪਲੇਟ ਲਗਾ ਰਹੇ? ਇਹ ਹਾਫ ਲਾ ਰਹੇ ਹਾਂ ਜੀ। ਠੀਕ ਹੈ ਜੀ। ਇਹ ਚਟਨੀ ਕਿਸ ਚੀਜ਼ ਦੀ ਅੰਕਲ? ਆਪਣੀ ਆਪ ਨਹੀਂ, ਗੁੜ ਅਤੇ ਇਮਲੀ ਹੁੰਦੀ ਹੈ। ਜਗ੍ਹਾ ਕਾ ਨਾਮ ਹੈ ਜੀ ਰੂਸ ਸਮੋਸੇ ਵਾਲੇ। ਤੋ ਜਬ ਹਮਨੇ ਸੁਨਾ ਥਾ ਨਾ ਇਸ ਜਗ੍ਹਾ ਕੇ ਬਾਰੇ ਮੇਂ ਕਿ ਰੂਸ ਸਮੋਸੇ ਵਾਲੇ, ਮੇਰੇ ਮਾਇੰਡ ਮੇਂ ਜੈਸੇ ਵੀ ਆਪਣੇ ਨਾਮ ਸੁਣਾ ਰੂਸ, ਮੇਰੇ ਮਾਇੰਡ ਮੇਂ ਵੀ ਇਹ ਆਇਆ ਥਾ ਕਿ ਜੋ ਅੰਕਲ ਜੀ ਹੋਗੇ ਜਾਂ ਜਿਨਕੀ ਸ਼ੋਪ ਹੈ ਉਹ ਰਸ਼ੀਆ ਸੇ ਆਏ ਹੋਗੇ, ਤੋ ਜਗ੍ਹਾ ਕਾ ਨਾਮ ਹੋ ਗਿਆ ਰੂਸ ਸਮੋਸੇ ਵਾਲੇ। ਪਰ ਭਾਈ ਸਾਹਿਬ ਆਪ ਸੋਚ ਵੀ ਨਹੀਂ ਸਕਤੇ ਇਸਕੇ ਪਿੱਛੇ ਕੀ ਜੋ ਕਹਾਣੀ ਹੈ, ਕਿ ਰੂਸ ਅੰਕਲ ਕਾ ਨਾਮ ਇਸ ਲਈ ਹੈ ਕਿਉਂਕਿ ਇਨਕੋ ਇਹ ਜਬ ਛੋਟੇ ਹੋਤੇ ਹਮ ਕੋਈ ਨਾ ਕੋਈ ਕਰੈਕਟਰ ਪਲੇ ਕਰਤੇ ਹੈ, ਜੈਸੇ ਕਾਰਤਿਕ ਮੇਰੇ ਕੋਲ ਵੀ ਯਾਦ ਹੈ ਜਬ ਇਹ ਛੋਟਾ ਜਿਹਾ ਕਹਿੰਦਾ ਤਾਂ ਮੈਂ ਜੌਨ ਸੀ ਨਾ ਹੋ। ਤੋ ਅੰਕਲ ਜਬ ਛੋਟੇ ਥੇ ਤੋ ਉਸ ਟਾਈਮ ਰਸ਼ੀਆ ਔਰ ਕਿਸੀ ਕੀ ਲੜਾਈ ਚੱਲ ਰਹੀ ਹੋਗੀ, ਦੂਰਦਰਸ਼ਨ ਪੇ ਆਵਾਜ਼ੇ ਆਤੀ ਨਾ ਸਿਰਫ ਸਮਾਚਾਰ ਬਤਾਤੇ ਹੈ, ਉਸਮੇ ਰਸ਼ੀਆ ਬਾਰ ਬਾਰ ਬਤਾਇਆ ਜਾਤਾ ਥਾ, ਤੋ ਅੰਕਲ ਅਪਣਾ ਨਾਮ ਹੀ ਰੂਸ ਡਾਲ ਲਿਆ। ਇਹ ਹਮਾਰਾ ਇੱਕ ਸਮੋਸਾ ਆ ਗਿਆ ਸਾਹਮਣੇ, ਹਾਫ ਪਲੇਟ ਲਈ ਹੈ, ਇਸਮੇ ਛੋਲੇ ਹੈ ਜੀ ਲੱਕੜ ਪੇ ਬਨੇ ਹੋਏ, ਸਾਥ ਮੇਂ ਸਮੋਸਾ ਹੈ ਔਰ ਉੱਪਰ ਡਾਲੀ ਹੋਈ ਹੈ ਇਮਲੀ ਔਰ ਗੁੜ ਕੀ ਚਟਨੀ। ਤੋ ਟੇਸਟ ਕਰਤੇ ਆ ਰਹੇ, ਇਹ ਚਮਚ ਜਾਏਗਾ ਐਸੇ ਸਮੋਸੇ ਕੇ ਅੰਦਰ, ਸਮੋਸਾ ਪਹਿਲੀ ਬਾਰ ਮੇਂ ਜੋ ਪਤਾ ਲੱਗਿਆ ਚਮਚ ਮਾਰ ਕੇ ਬਹੁਤ ਕਰੰਚੀ ਹੈ। ਇਸਕੇ ਉੱਪਰ ਚਨੇ ਲੋਡ ਕਰਤੇ ਹੈ ਥੋੜ੍ਹੇ, ਬਾਈਟ ਕੋ ਬੜੀਆ ਬਣਾਤੇ ਹੈ, ਪਿੰਡ ਮੇਂ ਆਇਆ ਤੋ ਬਾਈਟ ਬੜੀਆ ਚਲੇਗੀ, ਚੈੱਕ ਕਰੋ। ਹੋਏ ਹੋਏ ਵੀਰੇ ਕਿਆ ਬਾਤ ਹੈ, ਐਕਚੁਅਲ ਮੈਂ ਨਾ ਯਾਰ ਭਾਈ ਜਬ ਹਮ ਆ ਰਹੇ ਥੇ ਕਿਸੇ ਵੀ ਐਡਰੈਸ ਪੁੱਛਣਾ ਤੋ ਹਰ ਬੰਦੇ ਕੋ ਐਡਰੈਸ ਪਤਾ ਥਾ, ਤਾਂ ਮੋ ਜੀ ਇਹ ਖਾ ਕੇ ਪਹਿਲੀ ਵਾਰ ਸਮਝ ਆ ਗਈ ਕਿ ਉਹ ਹਰ ਬੰਦੇ ਕੋ ਐਡਰੈਸ ਕਿਉਂ ਪਤਾ। ਤੋ ਹੇਅਰ ਇਜ਼ ਅ ਪਲੇਟ, ਰੂਸ ਕੀ ਪਲੇਟ, ਰੂਸ ਸੇ ਨਹੀਂ, ਪਹਿਲੀ ਵਾਰ अभी मैंने चने टेस्ट किए हैं, समोसा नहीं मैंने टेस्ट किया। टेस्ट में ये है कि इसमें जो स्लो कुकिंग होती है ना उसका इफ़ेक्ट और फ्लेवर आता है, और चटनी की आपको बात बता दूँ, इनकी जो चटनी है अंकल ने हमें बताया ये और कहीं नहीं किसी और हलवाई के पास नहीं मिलेगी, क्योंकि ये स्पेशल चटनी होती है, सम राउंड अबाउट 200 रुपये किलो है शायद, राइट? बिल्कुल है ना।
बिल्कुल इजीली। और इस प्लेट के पीछे काफ़ी घंटों की मेहनत है, और अगर रिकॉर्ड भी हो तो ये वाले जो समोसे हैं NRI लोगों ने सबसे ज़्यादा खाए होंगे, सबसे ज़्यादा NRIs में फेमस है ये। और अंकल खुद भी काफ़ी देश घूमे हुए हैं, होपफुली हम भी घूमेंगे आपकी दुआ से। द कॉम्बिनेशन छोलिया का समोसे का देखो टेस्ट है, फिर पंजाबी निकलेगी क्योंकि टेस्टी है। कॉम्बिनेशन बेस्ट, दी बेस्ट, जो मतलब कि NRI लोग खाते हैं ना, और क्यों खाते हैं वो पता चलता है।